ਬਾਲੀਵੁੱਡ ਵਾਲਿਆਂ ਨੇ ਨਾ ਮਾਰਵਲ ਦੇ ਲਾਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਵੀਡੀਓ ਦੇ ਚੱਕਰ ਕਿੰਨਾ ਖਲਾਰਾ ਪੈ ਗਿਆ। ਮੈਂ ਪੜੀ ਆ ਕਿ ਸੌਕਸ ਲੱਭ ਰਿਹਾ ਹੈ, ਮੈਨੂੰ ਲੱਭਣ ਨਹੀਂ ਦਈਆਂ, ਪਤਾ ਨਹੀਂ ਕਿੱਥੇ ਰੱਖ ਲਈਆਂ ਮੈਂ। ਮੈਨੂੰ ਲੱਗਦਾ ਸਾਰੇ ਮੁੰਡਿਆਂ ਦੀ ਪ੍ਰੋਬਲਮ ਹੁੰਦੀ ਹੈ, ਚੀਜ਼ਾਂ ਰੱਖ ਦਿੰਦੇ ਪਰ ਭੁੱਲ ਜਾਂਦੇ ਆ। ਬਟ ਹੁਣ ਮੈਨੂੰ ਲੱਗਦਾ ਨਹੀਂ ਲੱਭਣੀਆਂ ਆ, ਅਤੇ ਪੁਰਾਣੀਆਂ ਪਾਉਣੀਆਂ ਪੈਣੀਆਂ, ਅਭੀ ਦੂਜੀਆਂ ਛੋਟੀਆਂ ਆ। ਸੁਣਾ ਮੈਨੂੰ ਛੋਟੀਆਂ ਆ ਅਤੇ ਹੁਣ ਮੈਨੂੰ ਹੋਰ ਲੱਭ ਵੀ ਨਹੀਂ ਰਹੀਆਂ, ਅਤੇ ਹੁਣ ਜਾਣਾ ਵੀ ਟਾਈਮ ਅੱਗੇ ਲੇਟ ਹੋ ਗਿਆ, ਅਤੇ ਮੇਰੇ ਕੋਲ ਪਾ ਕੇ ਚੱਲਦੇ ਹਾਂ, ਅਤੇ ਤੁਹਾਨੂੰ ਬਾਅਦ ਜਾ ਕੇ ਦੱਸਦਾ ਅੱਜ ਕਿੱਥੇ ਜਾਣਾ ਅਤੇ ਕੀ ਕੰਮ ਕਰਨ ਜਾਣਾ। ਠੀਕ ਹੈ, ਜਾਣਾ ਹੈ ਜੀ ਮੈਂ ਅੰਮ੍ਰਿਤਸਰ, ਅਤੇ ਕੰਮ ਕੀ ਤੁਹਾਨੂੰ ਨਹੀਂ ਕਹਿੰਦਾ, ਅਤੇ ਕੰਮ ਕੀ ਸੀ, ਆਹ ਸ਼ੀਸ਼ਾ ਮੇਰਾ ਨਾ ਕਰੈਕ ਹੋਇਆ ਸੀ ਇੱਥੋਂ, ਵੇਖਦੇ ਇੱਕ ਤਾਂ ਇਹਨੂੰ ਰਿਪਲੇਸ ਕਰਾਉਣਾ, ਦੂਜਾ ਇੱਕ ਆਹ ਵਾਲੀ ਫੋਗ ਲਾਈਟ ਦੇ ਨਾ ਕੁਛ ਵੱਜ ਗਿਆ ਸੀ, ਇਹ ਵੀ ਟੁੱਟ ਗਈ ਸੀ, ਇਹਨੂੰ ਕਰਾਉਣਾ ਆ। ਅਤੇ ਹੁਣ ਦੇਖੋ, ਕਿਉਂਕਿ ਮੇਰਾ ਪਹਿਲਾਂ ਇਰਾਦਾ ਸੀ ਵੀ ਇੱਕ ਜਿਹੜਾ ਸਲਿਊਸ਼ਨ ਆਉਂਦਾ ਤੁਸੀਂ ਵੇਖਿਆ ਹੋਊਗਾ ਸ਼ਾਇਦ ਇੰਟਰਨੈਟ 'ਤੇ, ਉਹ ਲਾ ਕੇ ਜਿਹੜਾ ਇੱਥੇ ਪਹਿਲਾਂ ਉਹ ਮੈਂ ਪੁੱਛਣ ਜਾਣਾ ਵਾ, ਜੇ ਉਹਦੇ ਨਾਲ ਠੀਕ ਹੁੰਦਾ ਹੋਇਆ ਤਾਂ ਫਿਰ ਉਹ ਲਾ ਕੇ ਇਹਨੂੰ ਠੀਕ ਕਰ ਦੇਣਾ, ਨਹੀਂ ਤਾਂ ਫਿਰ ਮੈਂ ਗੱਲ ਪਤਾ ਤਾਂ ਕਰਕੇ ਆਇਆ ਸੀ, ਨਹੀਂ ਤਾਂ ਫਿਰ ਰਿਪਲੇਸ ਆਪਾਂ ਇਹਨੂੰ ਕਰਾਵਾਂਗੇ। ਅਤੇ ਚਲੋ ਹੁਣ ਚੱਲਦੇ ਹਾਂ, ਫਿਰ ਅੱਗੇ ਵਲੌਗ ਵੇਖਦੇ ਰਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਦੀ ਚੈਨਲ। ਆਹ ਵਾਲੇ ਵਲੌਗ ਦੀ ਜਿਹੜੀ ਮੈਂ ਸਟਾਰਟਿੰਗ 'ਚ ਇੰਟਰੋ ਕਰਨੀ ਯਾਦ ਭੁੱਲ ਗਿਆ ਸੀ, ਅਤੇ ਇਸ ਕਰਕੇ ਮੈਂ ਕੱਲ੍ਹ ਇਹਦੀ ਇੰਟਰੋਡਕਸ਼ਨ ਅਗਲੇ ਦਿਨ ਕਰ ਰਿਹਾ ਅਤੇ ਵਲੌਗ ਦੀ। ਇੱਕ ਵੇਖੋ ਆਹ ਪਾਮ ਵਾਲਾ ਨਾ ਰੁੱਖ, ਅੱਜ ਤੋਂ ਮਿਲਦਾ ਅਸੀਂ 1.5 ਕੁ ਸਾਲ ਪਹਿਲਾਂ ਲਾਇਆ ਸੀ, ਅਤੇ ਆਹ ਵੀ ਸੇਮ ਲਾਇਆ ਸੀ, ਬਟ ਇਹ ਨਾ ਉੱਥੇ ਹੁੰਦਾ ਸੀ ਉਦੋਂ ਪਾਰਕ ਵੱਡੀ ਹੁੰਦੀ ਸੀ, ਅਤੇ ਦੋਵੇਂ ਇਕੱਠੇ ਲਾਏ ਸੀ, ਅਤੇ ਆਹ ਵਾਲਾ ਰੁੱਖ ਵੇਖ ਲਓ ਵੀ ਇਹਨੂੰ ਮੁੜ ਕੇ ਉੱਧਰੋਂ ਚੁੱਕ ਕੇ ਇੱਥੇ ਲਿਆਂਦਾ, ਆਹ ਛੋਟਾ ਰਹਿ ਗਿਆ, ਅਤੇ ਉਹ ਜਿਹੜਾ ਚੇਂਜ ਨਹੀਂ ਕੀਤਾ ਉਹ ਹੁਣ ਵਾਹਵਾ ਹੀ ਵੱਡਾ ਹੋ ਗਿਆ, ਇਹਨੂੰ ਆਲਮੋਸਟ ਇਹਨਾਂ ਨੂੰ ਵੀ 1.5 ਤੋਂ 2 ਸਾਲ ਹੋ ਹੀ ਗਏ ਆ ਲੱਗਿਆਂ ਨੂੰ, ਪਰ ਚਲੋ ਸੋਹਣੇ ਲੱਗਦੇ ਆ ਪਾਮ ਟ੍ਰੀਸ। ਮੁੰਡੇ ਨੂੰ ਫੋਨ ਲਾਉਂਦਾ ਚੁੱਕਣ ਨਹੀਂ ਦਿਆ, ਮੈਨੂੰ ਵੀ ਇਕੱਲੇ ਨੇ ਕੀ ਜਾਣਾ, ਨਾਲ ਇੱਕ ਅੱਧਾ ਜਾਣਾ ਲੈ ਜਾਈਏ। ਹੈਲੋ ਹੈਲੋ, ਹਾਂ ਹੋ ਗਿਆ ਤਿਆਰ, ਚੱਲ ਆ ਜਾ ਇੱਥੇ ਗੁਰਦੁਆਰੇ ਲੱਗੇ ਆਪਣੇ, ਮੈਂ ਆ ਗਿਆ। ਚਲੋ ਜੀ ਆਪਾਂ ਨਿਕਲਦੇ ਹਾਂ। ਓ ਸ਼ਿਟ ਯਾਰ, ਦਰਵਾਜ਼ਾ ਖੋਲ੍ਹਿਆ ਨਹੀਂ ਮੈਂ, ਦਰਵਾਜ਼ਾ ਖੋਲ੍ਹਾਂ ਬਾਹਰ ਵਾਲਾ। ਆਹ ਬੜਾ ਪੰਗਾ ਯਾਰ ਜਦੋਂ ਬੰਦਾ ਇਕੱਲਾ ਹੁੰਦਾ ਨਾ, ਉੱਧਰਲੇ ਮੈਂ ਗਿਆ ਸੀ ਲੌਕ ਲਾਉਣ, ਅਤੇ ਇਹਨੂੰ ਖੋਲ੍ਹਣ ਦਾ ਚੇਤਾ ਭੁੱਲ ਗਿਆ। ਅੱਜ ਨਿਕਲੀ ਦਾ ਨਾ ਪਿਛਲੀ ਗੇਟ ਥਾਣੀ, ਆਹ ਪੂਰਾ ਘੈਂਟ ਵਿਊ ਮਿਲਦਾ ਇੱਕ ਜਿਹੜਾ ਨੈਚੁਰਲ, ਇਹ ਵਧੀਆ ਲੱਗਦਾ ਵੇਖਣ ਨੂੰ ਕਾਫੀ। ਪਰ ਗਰਮੀ ਬਹੁਤ ਆ, ਟੈਂਪਰੇਚਰ ਹਜੇ ਵੇਖਿਆ ਨਹੀਂ ਮੈਂ ਕਿੰਨਾ ਅੱਜ ਦਾ, ਪਰ ਅੱਜ ਫਿਰ ਗਰਮੀ ਨਾ ਹੋਈ ਜਾਂਦੀ ਆ, ਇੱਕ ਦੀ ਹਾਲਤ ਵੀ ਬੜੀ ਗੰਦੀ ਆ। ਆਹ ਕੰਮ ਕਰਾ ਕੇ ਇਹਨੂੰ ਫਿਰ ਧਵਾਉਣਾ ਵੀ ਆ। ਕਰੋ ਦਰਸ਼ਨ ਗੁਰੂ ਘਰ ਦੇ, ਸਾਡੇ ਪਿੰਡ ਦਾ ਇੱਕ ਹੀ ਗੁਰਦੁਆਰਾ। ਆਂਟੀ ਰੋਗੀ ਆਂਟੀ ਨੂੰ ਲੱਗਾ ਮੇਰੇ ਮੱਥਾ ਟੇਕਣਾ, ਪਰ ਨਹੀਂ ਆਪਾਂ ਗੁਰੂ ਘਰੇ ਮੱਥਾ ਟੇਕਣੇ। ਚਲੋ ਹੁਣ ਚੱਲਦੇ ਹਾਂ ਸਿੱਧਾ ਨੂੰ ਪਿੱਕ ਕਰਨ। ਆਪਾਂ ਆ ਗਏ ਜਗ੍ਹਾ ਦੇ ਜਿੱਥੇ ਨੂੰ ਕਿਹਾ ਸੀ, ਆਇਆ ਨਹੀਂ ਭਾਅ ਜੀ, ਉਹ ਹੁਣ ਦੇ ਤੁਰਿਆ। ਅਤੇ ਆਹ ਇੱਕ ਹੋਰ ਗੁਰੂ ਘਰ ਆ ਸਾਡੇ ਪਿੰਡ, ਗੱਲਾਂ ਹੋਣੀ ਹੋਰ ਵੀ ਬਥੇਰੇ ਗੁਰੂ ਘਰ ਹੈਗੇ ਆ, ਬੜਾ ਵਧੀਆ ਮੈਸੇਜ ਜਾਂਦਾ, ਜਿੰਨੇ ਜ਼ਿਆਦਾ ਗੁਰੂ ਘਰ ਹੋਣ ਉਹਨਾਂ ਪਿੰਡਾਂ ਦੇ ਵਧੀਆ ਹੁੰਦਾ ਆ, ਪਰ ਗਲਤ ਗੱਲ ਆ, ਗੁਰਦੁਆਰਾ ਇੱਕ ਹੋਣਾ ਚਾਹੀਦਾ, ਹਰ ਜਾਤ ਹਰ ਧਰਮ ਦਾ ਗੁਰਦੁਆਰਾ। ਚਲੋ ਆਪਾਂ ਇਹਦੇ ਟਿੱਪਣੀ ਨਹੀਂ ਕਰਦੇ, ਬਾਕੀ ਉਹਨੂੰ ਆ ਲੈਂਦੇ ਫਿਰ ਚੱਲਦੇ ਹਾਂ। ਇੱਕ ਨਾ ਇਹਦੀ ਇੰਜਨ ਲਾਈਟ ਦੀ ਵੀ ਯਾਰ ਪ੍ਰੋਬਲਮ ਆ, ਇਹ ਜੇ ਕੰਮ ਆ ਹੋ ਗਿਆ ਜਲਦੀ ਫਿਰ ਇਹਨੂੰ ਵੀ ਵਿਖਾਉਣਾ ਅੱਜ। ਵੈਸੇ ਮੈਂ ਹੁਣੇ ਨਾ ਇੱਕ ਦੋ ਫੋਨ ਕੀਤੇ ਅਤੇ ਪੁੱਛਣ ਦਿਆ ਸੀ ਵੀ ਕਿੱਦਾਂ ਉਹ ਕਰਾਉਣਾ ਚਾਹੀਦਾ ਕਿ ਨਹੀਂ। ਆਇਆ ਆਇਆ, ਅਤੇ ਜਿਨ ਸਾਰਿਆਂ ਨੇ ਮੈਨੂੰ ਕਿਹਾ ਵੀ ਆਹ ਜਿਹੜਾ ਗਲੂ ਆ ਨਾ ਇੱਥੇ ਜੇ ਲਾਈ ਇੱਥੋਂ ਕਵਰ ਹੋ ਜੂ, ਬਟ ਜਿਹੜਾ ਅੱਗੇ ਜਾਣਾ ਉਹ ਫਿਰ ਕਰੈਕ ਵਧੀ ਜਾਣਾ ਵਾ, ਅਤੇ ਸੋ ਮੇਰਾ ਤਾਂ ਕਰਕੇ ਰੱਦਾ ਮੈਂ ਰਿਪਲੇਸ ਹੀ ਕਰਾਉਣਾ। ਬਾਕੀ ਇੱਕ ਨਹੀਂ ਚੱਲਦੇ ਹਾਂ ਪੁੱਛਦੇ ਹਾਂ ਵੀ ਕੀ ਹਿਸਾਬ ਕਿਤਾਬ ਆ, ਅਤੇ ਫਿਰ ਅੱਗੇ ਤਾਂ ਦੱਸਾਂਗੇ। ਇੱਕ ਨਾ ਮੈਂ ਨੋਟ ਕੀਤੀ ਗੱਲ, ਸ਼ਾਇਦ ਤੁਸੀਂ ਵੀ ਨੋਟ ਕੀਤੀ, ਜਿਹੜੇ ਆਈਫੋਨ ਚਲਾਉਂਦੇ ਆ ਤੇਰੇ ਨਾ ਵੀ ਇੱਦਾਂ ਹੁੰਦਾ ਜਦੋਂ ਨਵਾਂ ਲਾਂਚ ਹੁੰਦਾ ਤੇ ਪੁਰਾਣੇ ਦੇ ਜਾਂ ਤਾਂ ਪਤਾ ਨਹੀਂ ਸੋਫਟਵੇਅਰ ਅਪਡੇਟ ਨਾ ਕੈਮਰਾ ਕੁਆਲਿਟੀ ਜਾਂ ਪਰਫੋਰਮੈਂਸ 'ਤੇ ਵੀ ਫਰਕ ਪਾ ਦਿੰਦੇ ਆ। ਮੈਂ ਨੋਟ ਕੀਤੀ ਥੋੜ੍ਹੇ ਦਿਨਾਂ ਤੋਂ, ਹੁਣ ਕਿਉਂਕਿ 14 Pro ਲਾਂਚ ਹੋਇਆ ਵਾ, ਉਹਦੇ ਚੱਕਰ 'ਚ ਇੱਕ ਦੇ ਥੋੜ੍ਹਾ ਜਿਹਾ ਲੈਗ ਵੀ ਕਰਨ ਲੱਗ ਪਿਆ, ਜਾਂ ਪਤਾ ਨਹੀਂ ਕੀ ਚੱਕਰ ਆ, ਬਟ ਮੇ ਬੀ ਆਉਂਦੇ ਵੀ ਇੱਕ ਮੰਥ ਦੇ ਬਾਅਦ ਫਿਰ ਸਹੀ ਵੀ ਕਰ ਦਿੰਦੇ ਸੋਫਟਵੇਅਰ ਅਪਡੇਟ ਨਾਲ। ਇੰਸਟਾਗ੍ਰਾਮ ਦੇ ਥੱਲੇ ਮੈਂ ਹੈਂਡਲ ਦਾ ਲਿੰਕ ਦਿੱਤਾ,
ਵਲੌਗ ਵੀ ਫੋਲੋ ਕਰ ਲਿਓ ਤੇ ਲਾਸਟ ਵਲੌਗ ਜਿੰਨੇ ਨਹੀਂ ਵੇਖਿਆ ਵੇਖ ਲਿਓ। ਲਾਸਟ ਵਲੌਗ ਤਾਂ ਵੈਸੇ ਮੈਨੂੰ ਉਮੀਦ ਨਹੀਂ ਪਰ ਅੱਜ ਦੀ ਤਰੀਕ ਤੱਕ ਮੈਨੂੰ ਲੱਗਦਾ ਉਹਦੇ 2.8K ਵਿਊ ਹੋ ਗਿਆ। ਇੱਕ ਨਾ ਇਹਦਾ ਪਤਾ ਨਹੀਂ ਕੀ ਪ੍ਰੋਬਲਮ ਸੀ ਜਦੋਂ ਮੈਂ ਉਹ ਵਲੌਗ ਬਣਾਇਆ ਨਾ, ਕਿਉਂਕਿ ਆਪਣੇ ਚੈਨਲ 'ਤੇ ਪਾਪੂਲਰ ਹੈ ਨਹੀਂ ਹੈ ਵੀ ਜਿਹੜਾ ਸਰਚ ਕੀਤਾ ਉਹ 'ਤੇ ਆਜੂਗਾ। ਮੈਂ ਲਿੰਕ ਲੁੰਕ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕੀਤੇ ਸੀ ਅਤੇ ਇੰਸਟਾਗ੍ਰਾਮ 'ਤੇ ਜਿੱਦਾਂ ਉਹਨਾਂ ਨੇ ਸਟੋਰੀਆਂ ਪਾਈਆਂ, ਜਿੰਨੇ ਜਿੱਦਾਂ ਲਿੰਕ ਦੇ ਥਰੂ ਜਿੰਨੇ ਵਿਊ ਆਏ ਸੀ ਨਾ ਉਹ ਹੋ ਗਏ ਇੱਕ ਦੇ ਦੋਵਾਂ ਦਿਨਾਂ ਦੇ ਅੰਦਰ, ਮੈਨੂੰ ਲੱਗਦਾ ਆਲਮੋਸਟ 500 ਵਿਊ ਹੋ ਗਏ ਸੀ। ਪਰ ਉਹ ਹਫ਼ਤੇ ਦੇ ਅੰਦਰ ਅੰਦਰ ਉਹ ਸਾਰੇ ਵਿਊ 0 ਹੋ ਗਏ ਅਤੇ ਵਿਊ ਰਹਿ ਗਏ ਸਾਰੇ ਚੈਨਲ ਦੇ 150 ਕਿ 200। ਪਤਾ ਨਹੀਂ ਉਹਨੇ ਯੂਟਿਊਬ ਦੀ ਕੀ ਐਲਗੋਰਿਦਮ ਆ। ਉਸ ਤੋਂ ਬਾਅਦ ਫਿਰ ਮੁੜ ਕੇ ਜਿਹੜਾ ਪਰ ਜਦੋਂ ਵਲੌਗ ਚੱਲਣ ਦਿਆ ਪਿਆ ਉਹਦੀ ਮਤਲਬ ਵਾਚ ਟਾਈਮ ਵੱਧ ਸੀ, ਉਹਦੇ ਚੱਕਰ 'ਚ ਫਿਰ ਉਹਦੀ ਹਾਈਪ ਹੂਈਪ ਵੱਧ ਗਈ ਆ। ਬਾਕੀ ਅਸੀਂ ਜਾਂਦੇ ਪਏ ਹਾਂ ਹੁਣ ਰਸਤੇ 'ਚ, ਫਿਰ ਤੁਹਾਨੂੰ ਵਿਖਾਉਂਦੇ ਹਾਂ ਅੱਗੇ ਜਾ ਕੇ, ਨਾਲ ਹੀ ਬੀ ਰੋਲ ਵੀ ਬਣਾਉਂਦੇ ਹਾਂ। ਮੈਂ ਤੁਹਾਨੂੰ ਦਿਖਾਊਂਗਾ ਪਹਿਲਾਂ ਤੇਲ ਪਵਾ ਲਈਏ। ਲਓ ਜੀ ਆਪਾਂ ਆ ਗਏ ਤੇਲ ਪਵਾਉਣ। ਉਹ ਆਪਣੀ ਪੱਕਾ ਪੈਟਰੋਲ ਪੰਪ ਆ ਹਾਈਵੇ ਕੋਕਾ ਕੋਲਾ ਸਾਹਮਣੇ। ਹੁਣ ਇਹ ਨਾ ਸਮਝੋ ਇਹਨਾਂ ਨੇ ਪੈਸੇ ਦਿੱਤੇ ਪ੍ਰਮੋਸ਼ਨ ਦੇ, ਪਰ ਹੋਪ ਤੋਂ ਕਿਸੇ ਨਾ ਕਿਸੇ ਦਿਨ ਜ਼ਰੂਰ ਦੇਣਗੇ। ਤੇਲ ਪਵਾ ਕੇ ਫਿਰ ਆਪਾਂ ਚੱਲਦੇ ਹਾਂ। ਬਾਕੀ ਟੋਲ ਟੈਕਸ ਆਪਾਂ ਐਰਗੀ ਵੀ ਨਹੀਂ ਕਟਾਉਣਾ, ਕੋਸ਼ਿਸ਼ ਇਹੋ ਹੀ ਆ। ਉਹ ਟੋਲ ਟੈਕਸ ਆ, ਅੱਜ ਤੱਕ ਨਹੀਂ ਕਟਾਇਆ ਅਤੇ ਅੱਜ ਵੀ ਕਿੱਦਾਂ ਕਟਾਵਾਂਗੇ ਆਪਾਂ। ਬਾਕੀ ਇਹ ਨਹੀਂ ਵੀ ਮੈਂ ਗਲਤ ਚੀਜ਼ ਕਹਿੰਦਾ ਪਿਆ ਵਾਂ, ਹਰੇਕ ਦਾ ਆਪੋ ਆਪਣੀ ਮਰਜ਼ੀ ਆ। ਕੋਈ ਕਟਾਉਣਾ ਚਾਹੁੰਦਾ ਕਟਾਵੇ, ਨਹੀਂ ਕਟਾਉਣਾ ਚਾਹੁੰਦਾ ਨਾ ਕਟਾਵੇ, ਬਟ ਗਲਤ ਲੱਗਦਾ ਵੀ ਥਾਂ ਥਾਂ 'ਤੇ ਟੋਲ ਟੈਕਸ ਆ, ਬੰਦਾ ਕਿੰਨੇ ਕੁ ਟੋਲ ਕਟਾਊਗਾ। ਸੋ ਮੇਰੀ ਸੋਚੀ ਹੈ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਫਿਰ ਆਪਣੇ ਟੋਲ ਟੈਕਸ ਦੇ, ਜਿੱਥੋਂ ਸਰਕਾਰ ਨੂੰ ਟੈਕਸ ਜਾਂਦਾ ਆ। ਪਰ ਸਾਡੇ ਵਰਗੇ ਕਈ ਲੋਕ ਜਿਹੜੇ ਨਹੀਂ ਟੈਕਸ ਤਾਰਦੇ, ਕਿੰਨੇ ਜਣੇ ਵਹਿ ਜਾਂਦੀ ਲੱਗਦੇ। ਸਹੀ ਵੀ ਗੱਲ ਹੈ ਯਾਰ, ਕਿੰਨਾ ਕੁ ਟੈਕਸ ਦੇਣ, ਪੈਟਰੋਲ ਵੀ ਮਹਿੰਗਾ ਹੋਈ ਜਾਂਦਾ ਸਭ ਕੁਝ, ਹੋਰ ਕਿੰਨਾ ਕੁ ਦੇਣ। ਆਪਾਂ ਵੀ ਇੱਦਾਂ ਹੀ ਲੰਘਣਾ ਕੋਸ਼ਿਸ਼ ਕਰਨੀ ਆ, ਅਤੇ ਹਰ ਵਾਰੀ ਜਿਵੇਂ ਕਿ ਲੰਘਦੇ ਹੋਣ ਤਾਂ ਉਹਨਾਂ ਨੂੰ ਪਛਾਣ ਵੀ ਹੋ ਗਈ ਆ ਵੀ ਇੰਨੇ ਆ ਹੀ ਜਾਣਾ ਬੰਦੇ ਨੇ, ਅਤੇ ਆਪਾਂ ਹਰ ਰੋਜ਼ ਚੱਲ ਜਾਈਦਾ ਐਂ ਦੀ। ਵਧੀਆ ਵੀ ਗੱਲ ਆ, ਬੰਦੇ ਗੁੱਡ ਆ ਸਾਰੇ ਵੇਰੇ ਜਿੰਨੇ ਆਪਾਂ ਨੂੰ ਜਾਣਦੇ ਆ। ਪਰ ਇਹ ਆ ਕਿ ਗੁੱਡ ਨਾ ਸਮਝੋ, ਇਹਨਾਂ ਨੂੰ ਕਦੀ ਕਦਾਈ ਠੰਡਾ ਠੰਡਾ ਵੀ ਪਿਆਉਣਾ ਪੈਂਦਾ। ਮੇਰਾ ਇੱਕ ਦੋ ਰੀਤਾ ਪੈਸੇ ਲੱਗੇ ਵੀ ਪੈਸੇ ਕਢਾਉਂਦਾ, ਪਿੱਛੋਂ ਵੀ ਚੇਤਾ ਭੁੱਲ ਗਿਆ। ਹੁਣ ਪਤਾ ਨਹੀਂ ਇੱਥੇ ਏ ਟੀ ਐੱਮ ਚੱਲਦਾ ਕਿ ਨਹੀਂ, ਅੱਗੇ ਤਾਂ ਬੰਦ ਹੁੰਦਾ ਸੀ। ਆਹ ਲਾਸਟ ਏ ਟੀ ਐੱਮ ਇੱਥੋਂ ਅੱਗੇ ਆਉਣਾ ਜਾਣਾ ਉਹਦੇ ਉਹਦੇ ਕਰਕੇ, ਉੱਥੇ ਕਈ ਵਾਰੀ ਨਾ ਕਾਰਡ ਨਹੀਂ ਚੱਲ ਹੁੰਦਾ। ਮੇਰਾ ਲਾਸਟ ਟਾਈਮ ਵੀ ਮੈਂ ਜਾਂਦੀ ਗਿਆ, ਕਿਤੇ ਕਾਰਡ ਨਹੀਂ ਚੱਲਣਾ, ਬਸ ਉਹ ਪੈਸੇ ਨਹੀਂ ਕਰਾਉਣਾ। ਇੱਥੋਂ ਆਇਆ ਤਾਂ ਕੈਮਰਾ ਜਿੱਦਾਂ ਚਾਲੂ ਕੀਤਾ ਸੀ, ਉਹ ਸਕਿਉਰਿਟੀ ਵਾਲਾ ਆ ਗਿਆ ਹੁੰਦਾ, ਤੁਸੀਂ ਕੈਮਰਾ ਚਾਲੂ ਕੀਤਾ ਕਦੇ ਕਦੇ ਗਲਤ ਨਾ ਕਰਨ, ਮੈਂ ਨਹੀਂ ਵੀ ਆਪਾਂ ਨੂੰ ਬਹੁਤ ਚੱਲ ਰਿਹਾ ਨਹੀਂ। ਸਰਵਿਸ ਨੇ ਸ਼ੀਸ਼ੇ ਦਾ ਰਿਪਲੇਸ ਕਰਾਉਣਾ, ਇਹ 30,703 30,703। ਲਓ ਵੀ ਆਪਾਂ ਪਹੁੰਚ ਗਏ ਹਾਂ ਨੈਕਸਾ ਦੇ ਸਰਵਿਸ ਸੈਂਟਰ, ਨੰਬਰ ਨੁੰਬਰ ਨੋਟ ਕਰ ਰਹੇ ਆ। ਉਹਨਾਂ ਨੇ ਮੈਨੂੰ ਕੱਲ੍ਹ ਕਿਹਾ ਸੀ ਵੀ ਤੁਸੀਂ ਛੇਤੀ ਆ ਜਾਓ 9 ਵਜੇ, ਪਰ ਆਪਾਂ ਲੇਟ ਹੋ ਗਏ ਹੁਣ, ਬਸ ਹੋਪ ਸੋ ਵਾਰੀ ਛੇਤੀ ਆ ਜੇ, ਨਹੀਂ ਤਾਂ ਕਿਉਂਕਿ ਜੇ ਪਹਿਲਾਂ ਜ਼ਿਆਦੀਆਂ ਗੱਡੀਆਂ ਹੋਈਆਂ ਅਤੇ ਵਾਰੀ ਲੇਟ ਆਉਣੀ ਆ। ਉੱਥੇ ਲੱਗ ਤਾਂ ਵਾਹ ਵਾਹ ਰਹੀਆਂ, ਬਾਕੀ ਵੇਖੋ ਕਦੋਂ ਵਾਰੀ ਆਉਂਦੀ ਹੈ। ਇੱਥੇ ਇੱਥੇ ਲਾ ਦਿੰਦੇ, ਉਹਨਾਂ ਨੇ ਚੈੱਕ ਵੀ ਕਰਨੀ ਆ। ਗੱਡੀ ਕਰਤੀ ਆ ਪਾਰਕ, ਹੁਣ ਚੱਲਦੇ ਅੰਦਰ ਪੁੱਛਦੇ ਆ ਕੀ ਕਹਿੰਦੇ ਆ। ਵਿੰਡਸ਼ੀਲਡ ਵਾਲਾ ਜਿਹੜਾ ਫਰੰਟ ਆ, ਹਾਂਜੀ ਹਾਂਜੀ, ਅਗਲਾ ਸ਼ੀਸ਼ਾ ਆਇਆ ਆ ਵੇਖੋ, ਆਹ ਫਰੰਟ ਵਾਲਾ ਜਿਹੜਾ ਕਰੈਕ ਹੋਇਆ ਸਾਰਾ। ਇੰਸ਼ੋਰੈਂਸ ਹੈ ਨਹੀਂ, ਇੰਸ਼ੋਰੈਂਸ ਦੂਜੀ ਹੈ, ਥਰਡ ਪਾਰਟੀ ਆ ਉਹਦੇ ਨਾਲ ਨਹੀਂ ਹੋਣਾ। ਅਤੇ ਇਹ ਕਿੰਨਾ ਕੁ ਖਰਚਾ ਆਈਦਾ? ਹਾਂਜੀ 9,950 ਠੀਕ। ਅਸੀਂ ਹੁਣ ਇੱਥੇ ਆਏ ਸੀ, ਇਹਨਾਂ ਨੇ ਤਾਂ ਰੇਟ ਹੀ ਬੜਾ ਦੱਸਿਆ ਸ਼ੀਸ਼ੇ ਦਾ, ਕਿਉਂਕਿ ਇੱਕ ਇਹਦਾ ਇੰਸ਼ੋਰੈਂਸ ਦੂਜੀ ਹੈ ਨਾ, ਇੰਸ਼ੋਰੈਂਸ ਥਰਡ ਪਾਰਟੀ ਇਹਦੇ ਕਲੇਮ ਵੀ ਨਹੀਂ ਆਪਾਂ ਨੂੰ ਮਿਲ ਸਕਦਾ। ਹੁਣ ਇੱਕ ਹੋਰ ਮੈਂ ਫੋਨ ਕੀਤਾ ਇੱਕ ਆਪਣੇ ਭਰਾ ਨੂੰ, ਉਹਨੇ ਹੁਣ ਦੱਸੀ ਇੱਕ ਜਗ੍ਹਾ ਆਉਂਦਾ ਉੱਥੋਂ ਥੋੜ੍ਹਾ ਬਾਹਰੋਂ ਸਸਤਾ ਪੈ ਜਾਣਾ, ਹੁਣ ਦੇਖਦੇ ਹਾਂ ਉੱਥੇ ਜਾ ਕੇ ਕੀ ਜਾਂਦੇ ਆ। ਹੁਣ ਇੱਕ ਵੀਡੀਓ ਬਣਾ ਕੇ ਰਿਹਾ ਰੀਲ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਜਾ ਕੇ ਸਟੋਰੀ ਚੈੱਕ ਕਰ ਲਿਓ। ਹੁਣ ਮੈਂ ਕਹਿੰਦੇ ਜੀ ਵੀ ਸ਼ਾਮਾਂ ਤੱਕ ਹੋਣਾ, ਇਹ ਸਹੀ ਕਰਦੇ ਤਾਂ ਪਏ ਆ,
ਤੇ ਹੁਣ ਮੈਂ ਮੁੰਡੇ ਨੂੰ ਫੋਨ ਕੀਤਾ ਮੈਂ ਸਾਨੂੰ ਚਾਹਿਆ ਕਿ ਇਹ ਘੜੀ ਬਹਿ ਬੂ ਜਾਵਾਂ ਕਿ ਸਾਨੂੰ ਲੱਗਦਾ ਟਾਈਮ ਕੱਢਣਾ ਬੜਾ ਔਖਾ ਆ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਵਾਂਗੇ ਅਪਡੇਟ ਜੀ ਅੱਛਾ ਯਾਰ ਮੈਂ ਇੱਥੇ ਲੋਕਲ ਆਇਆ ਤੇ ਖਰਚਾ ਬਿਲਕੁਲ ਹੀ ਅੱਧਾ ਹਾਫ ਹੈ ਜਿੰਨਾ ਉਹਨਾਂ ਨੇ ਪ੍ਰਾਈਜ਼ ਦਿੱਤੇ ਉਹ ਚੌੜੀ ਦੇ ਕੁਛ ਵੀ ਨਹੀਂ ਖਰਚਾ ਬਾਕੀ ਚਲੋ ਅੱਗੇ ਦੇਖਦੇ ਹਾਂ ਵੀਡੀਓ ਦੇ ਚੱਕਰੇ ਕਿੰਨਾ ਖਲਾਰਾ ਪੈ ਗਿਆ ਵੀਡੀਓ ਬਣ ਗਈ ਪਰ ਸ਼ੀਸ਼ਾ ਸ਼ੀਸ਼ਾ ਲੱਤ ਚੁੱਕਾ ਹੁਣ ਵੱਜ ਗਿਆ ਸ਼ੀਸ਼ਾ ਵੱਜ ਗਿਆ ਵਿੱਚ ਵੀ ਕੱਟ ਕੱਟ ਰਿਹਾ ਥੋੜ੍ਹਾ ਜਿਹਾ ਚਲੋ ਵੈਕਿਊਮ ਵੂਕਿਊਮ ਮਾਰ ਕੇ ਚੰਗੀ ਤਰ੍ਹਾਂ ਕਰਦੇ ਹਾਂ ਪਤਾ ਨਹੀਂ ਕਿਹੜਾ ਕਿਰਨ ਹਸਪਤਾਲ ਕੇ ਕਿਹੜਾ ਹੀ ਉਹ ਪਰ ਇਹ ਹੈ ਵੀ ਹੋਸਪਿਟਲ ਜਾਂ ਸ਼ੀਸ਼ਿਆਂ ਵਾਲਾ ਸ਼ੋਰੂਮ ਹੀ ਉਹਦੇ ਲਾਗੇ ਗਲੀ ਮੁੜਦੀ ਆ ਆਵੇ ਗਲੀ 'ਚ ਸਿੱਧਾ ਆਈ ਆ ਫਿਰ ਉਹਦੇ ਨਾਲ ਜਿਹੜੀ ਬਾਜ਼ਾਰ ਸੜਕ ਮੁੜੀ ਉੱਥੋਂ ਆਉਂਦੇ ਨਾ ਸਿੱਧਾ ਹੀ ਬਸ ਸਿੱਧਾ ਆਈ ਆ ਅਤੇ ਇੱਥੇ ਖਾਲਸਾ ਵਰਕਸ਼ਾਪ ਦਾ ਰਾਈਟ ਹੈਂਡ ਸਾਈਡ 'ਤੇ ਬੋਰਡ ਲੱਗਾ ਹੋਣਾ ਜੀ ਉਹ ਅਤੇ ਉੱਧਰ ਨੂੰ ਆ ਜਾ ਹਾਂ ਆਣ ਕੇ ਫੋਨ ਮੈਂ ਵੈਸੇ ਇੱਥੇ ਹੀ ਖਲੋਤਾ ਵਾਂ ਅਤੇ ਫੋਨ ਕਰ ਲਈ ਮੈਨੂੰ ਸਰ ਮੈਂ ਵੇਖਿਆ ਗਲਤੀ ਕਰ ਲਈ ਆ ਨਾਲ ਕੋਈ ਚੀਜ਼ ਲਿਆਉਣੀ ਚਾਹੀਦੀ ਸੀ ਹੈ ਨਾ ਨਹੀਂ ਯਾਰ ਇੱਦਾਂ ਦੇ ਔਖੇ ਬੜੇ ਆ ਹੁਣ ਗਰਮੀ ਲੱਗੀ ਜਾਂਦੀ ਮੈਨੂੰ ਗੋੜੇ ਗੋੜੇ ਪਸੀਨਾ ਆਉਂਦਾ ਹੀ ਉਹ ਉਹ ਨਹੀਂ ਮੋਟਰਸਾਈਕਲ ਮੁੜਿਆ ਵੇਖੀ ਆ ਗੱਡੀ ਦੇ ਪਿੱਛੇ ਕਿਹੜਾ ਵਾ ਪਤਾ ਨਹੀਂ ਹੁਣ ਤੁਰੇ ਜਾ ਆਉਂਦੇ ਆ ਮੇਨ ਰੋਡ 'ਤੇ ਆਇਆ ਹੁਣ ਤੂੰ ਪਤਾ ਨਹੀਂ ਕਿਹੜੀ ਗਲੀ 'ਚ ਵੜਿਆ ਹੀ ਹੁਣ ਮੈਨੂੰ ਤੇਰਾ ਪਤਾ ਵੀ ਨਹੀਂ ਲੱਗਦਾ ਓਕੇ ਉੱਤੋਂ ਇੱਕ ਤਾਂ ਗਰਮੀ ਇੰਨੀ ਉੱਥੋਂ ਤੁਰ ਕੇ ਜਾਣਾ ਪੈਂਦਾ ਮੈਨੂੰ ਆਉਂਦਾ ਇਹ ਪਤਾ ਨਹੀਂ ਮੈਂ ਗਲੀਆਂ ਜਿਹੀਆਂ 'ਚ ਵੜ ਗਿਆ ਤੂੰ ਪਤਾ ਨਹੀਂ ਕਿੱਥੋਂ ਗੱਡੀ ਸਹੀ ਕਰਾਉਣਾ ਆ ਗਿਆ ਉਹ ਵੇਲ ਉਹ ਪਤਾ ਨਹੀਂ ਵੇਲ ਉਹ ਕਿੱਥੇ ਉਹ ਹਾਈਵੇ ਆ ਕਿਹਦੇ ਨਹੀਂ ਦਿਖਾਉਂਦਿਆ ਐਵੇਂ ਬਣਾਈ ਜਾਂਦਾ ਆ ਜਾਂ ਤਾਂ ਗਲਤ ਪੈ ਗਿਆ ਅਤੇ ਜਾਂ ਮੈਂ ਲੱਗਦਾ ਘਰੋਂ ਨਹੀਂ ਤੁਰਿਆ ਜੀ ਚਲੋ ਦੇ ਤਾਂ ਨਾ ਆਇਆ ਫਿਰ ਕਿਸੇ ਆਟੋ ਊਟੋ ਜੀ ਬਹਿ ਜਾਂਗੇ ਸਾਨੂੰ 10 ਮਿੰਟ ਹੋ ਗਏ ਫਿਰ ਤੁਰਦਿਆਂ ਤੁਰਦਿਆਂ ਲੱਤਾਂ ਸਾਡੀਆਂ ਥੱਕ ਗਈਆਂ ਪਰ ਉਹ ਬੰਦਾ ਨਹੀਂ ਸਾਡਾ ਆਇਆ ਫੋਨ ਉਹਨੂੰ ਹੁਣ ਫਿਰ ਲਾਉਣ ਲੱਗੇ ਮੈਨੂੰ ਕਿਹਾ ਤੂੰ ਮੇਰੀ ਗੱਲ ਸੁਣ ਝੂਠ ਨਾ ਮਾਰ ਤੂੰ ਘਰੋਂ ਨਹੀਂ ਤੁਰਿਆ ਤੂੰ ਉੱਥੇ ਵਾਪਸ ਆ ਜਾ ਜਿੱਥੇ ਜਿੱਥੇ ਤੈਨੂੰ ਕਿਹਾ ਸੀ ਨਿਊ ਅੰਮ੍ਰਿਤਸਰ ਲਾਗੇ ਨਾ ਵਾਪਸ ਆ ਜਾ ਉੱਥੇ ਆਹੋ ਆਇਆ ਹੁਣ ਤੁਸੀਂ ਤੁਰ ਕੇ ਆ ਗਏ ਉੱਥੇ ਅਤੇ ਯਾਰ ਜਦੋਂ ਤੂੰ ਤੂੰ ਲੋਕੇਸ਼ਨ ਸੁਣਦਾ ਚੱਜ ਰਾਣੀ ਜਦੋਂ ਮੈਂ ਕਹਿੰਦਾ ਵਟਸਐਪ 'ਤੇ ਸ਼ੇਅਰ ਕਰਦਾ ਤੂੰ ਆਉਂਦਾ ਮੈਨੂੰ ਪਤਾ ਲੱਗ ਗਿਆ ਸ਼ਾਮੇ ਇਹ ਜਗ੍ਹਾ ਲੱਭ ਸ਼ਾਮੇ ਇਹ ਯਾਰ ਉਹ ਨਿਊ ਅੰਮ੍ਰਿਤਸਰ ਵਾਲਾ ਮੇਨ ਗੇਟ ਆ ਜਿਹੜਾ ਅਸੀਂ ਇਹਨੂੰ ਕਿਹਾ ਸੀ ਇੱਥੇ ਆ ਜਾ ਗੇਟ ਤੋਂ ਕਿਹਾ ਸ਼ੋਰੂਮ ਆ ਅਤੇ ਉੱਧਰੋਂ ਗਲੀ ਮੁੜਦੀ ਆ ਪਤਾ ਨਹੀਂ ਇਸ ਬੰਦੇ ਨੂੰ ਮੈਨੂੰ ਰਸਤਾ ਹੀ ਨਹੀਂ ਪਤਾ ਲੱਗਾ ਉਹ ਤਾਂ ਖਲੋਈ ਹੋ ਸ਼ਾਂ ਚੱਲ ਅੱਗੇ ਖਲੋਨੇ ਆਓ ਵਿਆ ਉੱਥੇ ਗੋੜੇ ਗੋੜੇ ਧੁੱਪ 'ਚ ਸਾਨੂੰ ਤਰਾਉਣ ਦਿਆ ਇਹਨਾਂ ਨੂੰ ਇਹ ਵੀ ਸ਼ਰਮ ਹੈਗੀ ਸਾਡੇ ਯਾਰ ਜਿਹੜੇ ਆ ਗਰਮੀ 'ਚ ਖਲੋਤੇ ਆ ਕਿੱਥੇ ਰਹਿ ਗਏ ਅਸੀਂ ਉਹ ਜਿਹੜਾ ਪਿੱਛੇ ਸ਼ੋਰੂਮ ਜਿਹਾ ਉਹਦੇ ਨਾਲ ਹੀ ਗਲੀ ਸੀ ਉੱਧਰ ਮੁੜਿਆ ਅਸੀਂ ਝੂਠ ਝੂਠ ਮਾਰਨ ਦੇ ਤੂੰ ਦੱਸੀ ਘਰੋਂ ਨਹੀਂ ਨਾ ਤੁਰਿਆ ਉਧਰੋਂ ਕਿੱਧਰੋਂ ਆਉਂਦੇ ਉੱਧਰ ਤੈਨੂੰ ਮੈਂ ਕਿਹਾ ਨਹੀਂ ਗਾ ਜਾਣ ਨੂੰ ਇਹ ਇਹ ਬੰਦਾ ਐਡਾ ਝੂਠਾ ਨਾ ਸਿਰੇ ਦਾ ਤੈਨੂੰ ਮੈਂ ਅੱਛਾ ਇਹਨੂੰ ਮੈਂ ਬੈਗ ਕਿਹਾ ਸੀ ਬੈਗ ਕਿੱਥੇ ਆ ਚੇਤਾ ਭੁੱਲ ਗਿਆ ਯਾਰ ਬਹੁਤਾ ਮਾੜਾ ਬੰਦਾ ਤੂੰ ਬਹੁਤਾ ਮਾੜਾ ਹੁਣ ਸਾਨੂੰ ਭਰਾ ਅਲਫਾ ਵਨ ਛੱਡ ਆ ਬਹਿ ਬਹਿ ਤੂੰ ਪਹਿਲਾਂ ਮੇਰੀ ਗੱਲ ਸੁਣ ਹੁਣ ਤੂੰ ਆਪਣਾ ਜਾਣਾ ਹੁਣ ਘਰੇ ਜਾਣਾ ਵਾ ਸਾਨੂੰ ਤੂੰ ਨਾ ਅਲਫਾ ਵਨ ਮੇਰਾ ਭਰਾ ਛੱਡ ਆ ਇੱਧਰ ਵੀ ਲੈ ਜਾ ਬਸ ਉੱਥੇ ਲੈ ਜਾ ਪਹੁੰਚ ਚੁੱਕੇ ਹਾਂ ਅਲਫਾ ਵਨ ਥੈਂਕ ਯੂ ਮੇਰੇ ਭਰਾ ਦਾ ਬਹੁਤ ਬਹੁਤ ਆਹ ਹੁਣ ਮੇਰਾ ਭਰਾ ਬੈਗ ਤੇ ਤੂੰ ਲੈ ਕੇ ਨਹੀਂ ਆਹ ਲੈ ਜੀ ਘਰੇ ਜਾ ਕੇ ਸਾਂਭ ਦੀ ਇਹਨੂੰ ਠੀਕ ਆ ਆਹ ਵੀ ਲੈ ਜਾ ਮੈਂ ਲਾ ਕੇ ਲੈ ਜਾ ਲਾ 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 ਫਿਰ ਕਿਹੜੀ ਗੱਲ ਆ ਬਸ ਆਹ ਹੁਣ ਸਾਂਭ ਕੇ ਲੈ ਆਈ ਤੇ ਸਾਨੂੰ ਵੀਰ ਮੇਰਾ ਹੁਣ ਸ਼ਾਮੀ ਜਦੋਂ ਛੱਡਣ ਜਾਣਾ ਉਦੋਂ ਵੀ ਤੂੰ ਆਉਣਾ ਵਾ ਠੀਕ ਆ ਆਹੋ ਭਰਾਵਾਂ ਦਾ ਮਨ ਹੁਣ ਅਸੀਂ 3-4 ਘੰਟੇ ਟਾਈਮ ਪਾਸ ਕਰਨਾ ਇੱਥੇ ਕਰਾਂਗੇ ਆ ਜਾ ਤੂੰ ਵੀ ਚੱਲੀਏ ਅੱਛਾ ਇਹਨੇ ਕੰਮ ਜਾਣਾ ਹੁਣ ਚੱਲ ਠੀਕ ਆ ਓਕੇ ਜਾਣ ਚਲੋ ਜੀ ਇਹ ਹੁਣ ਹੋ ਗਏ ਆ ਫ੍ਰੀ ਆ ਗਏ ਹੁਣ ਇੱਥੇ ਜਿਹੜੇ 4-5 ਘੰਟੇ ਹੁਣ ਇੱਥੇ ਟਾਈਮ ਪਾਸ ਕਰਦੇ ਹਾਂ ਫਿਰ ਵੇਖਦੇ ਹਾਂ ਕੀ ਵੇਖਣੀ ਹੁਣ ਕਿਹੜੀ ਫਿਲਮ ਗਿਆ ਸੀ ਜਿਹੜੀ ਮਰਜ਼ੀ ਵੇਖ ਲੈ ਸ਼ੋ ਵੇਖ ਲਾਗੇ ਬੰਨੇ ਕਿਹੜੀ ਦਾ ਵਾ ਜਿਹੜੀ ਤੁਹਾਨੂੰ ਲਾਗੇ ਸ਼ੋ ਟਿਕਟ ਮਿਲ ਗਈ ਉਹ ਫਿਰ ਫਿਲਮ ਵੇਖ ਲੈਣੇ ਕਿਹੜੀ ਨਾਲ ਘੁੰਮਦੇ ਫਿਰਦੇ ਆ ਖਾਣਾ ਪੀਣਾ ਰੋਟੀ ਖਾਧੀ ਸਵੇਰੇ ਬ੍ਰੇਕਫਾਸਟ ਮੰਮੀ ਨੇ ਬ੍ਰੇਕਫਾਸਟ ਕੀਤਾ ਉੱਦਾਂ ਆ ਗਿਆ ਫਿਰ ਬਾਅਦ ਚੋਂ ਖਾ ਪੀ ਲਵਾਂਗੇ ਕੁਛ ਅਤੇ ਓਕੇ ਮਿਲਦੇ ਹਾਂ ਫਿਰ ਅੱਗੇ ਇਹ ਗੱਡੀ ਇਹਨਾਂ ਦੀਆਂ ਕਾਫੀ ਵਧੀਆ ਹੋਈਆਂ ਅੱਗੇ ਨਾਲੋਂ ਸੋਹਣੀਆਂ ਲੱਗਦੀਆਂ ਹੁਣ ਆਪਾਂ ਉੱਪਰ ਜਾਣਾ ਆ ਨਾ ਅਤੇ
ਤੇ ਚਲੋ ਆਪਾਂ ਹੁਣ ਤੁਰਦੇ ਫਿਰਦੇ ਚੱਲਦੇ ਆ ਪਹਿਲਾਂ ਖਾ ਪੀ ਲਈਏ ਕਿ ਕਿੱਦਾਂ ਪਹਿਲਾਂ ਮੇਰਾ ਰੱਖ ਟਾਈਮ ਕਿਹਾ ਬਈ ਟਾਈਮ ਪੌਣੇ 12 ਹੋ ਗਿਆ ਪਹਿਲਾਂ ਟਿਕ ਕਰ ਲੈ ਫਿਰ ਵੇਖ ਲੈਣੇ ਕੁਝ ਖਾ ਪੀ ਲੈਣੇ ਆ कुछ खा पी लीए एक बजे का ना अपना एक बजे आ जाएंगे हम उन्हें चेर घूमते फिरते है एक 12:20 भी एक फिल्म हैगी 12:20 भी एक फिल्म हैगी पर उसका फिर फायदा नहीं खाधा पीता नहीं जाना वह भी 12 के ऑलरेडी बज चुके हैं फिर हम खा पी लीए कुछ पहली बारी काम करता है ऑर्डर लेके आन दिया मैं बल्ले तेरे क्यों कर रहा है अभी कुलचे मंगाए हैं चल भुख तो मिटे नहीं तो होर कोई चीज़ ना भुख भी नहीं मिटनी बस खा के तुम मिले फिर टेस्ट भी दसा कि किमें इधर एक मक्खन नहीं खुले फोन खाड़ लिया खोल के दवा यार आवे उन्होंने ट्रिक दी हूँ है मैं अपना खोलिया ना वेला आवे ਤੁਹਾਡੇ ਕੋਲ ਮੱਖਣ ਨਹੀਂ ਖੋਲਦੇ ਤੁਸੀਂ ਕੀ ਤਰੱਕੀ ਕਰਨੀ ਤੁਹਾਨੂੰ ਮੈਂ ਟੇਸਟ ਕਰਕੇ ਦੱਸਦਾ ਆ ਚਨੇ ਐਵਰੇਜ ਹੀ ਆ ਚਟਨੀ ਪਵਾ ਰਿਹਾ ਬਾਕੀ ਤੁਹਾਨੂੰ ਮੈਂ ਟੇਸਟ ਕਰਕੇ ਦੱਸੂੰਗਾ ਕਿੱਦਾਂ ਦੇ ਆ ਕਿਉਂਕਿ ਇੱਥੋਂ ਮੈਂ ਪਹਿਲੀ ਵਾਰੀ ਖਾਣ ਲੱਗਾ ਕੁਲਚੇ ਨਹੀਂ ਤਾਂ ਆਪਾਂ ਇੱਥੋਂ ਆਈ ਦਾ ਕੁਛ ਨੋਰਮਲ ਚੀਜ਼ਾਂ ਹੀ ਖਾਈਦੀਆਂ ਆ ਕੁਲਚੇ ਕਦੀ ਖਾਧੇ ਨਹੀਂ ਤੁਰੇ ਚਲਾਉਣ ਲੱਗਾ ਬਾਈਟ ਲੈ ਗਈ ਫਿਰ ਦੱਸਣਾ ਯਾਰ ਇੱਕ ਚਮਚੇ ਬਹੁਤ ਮਾੜੇ ਸਿੱਧੇ ਜੇ ਚਮਚੇ ਚੱਲ ਚੱਲ ਕੁਲਚਾ ਮੈਂ ਪਾਦਾ ਓਵਰਆਲ ਵਧੀਆ ਲੱਗਾ ਕੁਲਚਾ ढिड नहीं भरिया हम परौंठे होर कराए दो टाइम भी वेल लाए ना टाइम रखा नहीं कभी 12:13 पै जाए हम बस वेट ही कर सकते हैं और की करना खा पी ही लिया वा हम टाइम की हो गया वा 12:40 हो गया हम चलिए मूवी का भी शो का टाइम होने वाला तू एक पराठा एक कुलचा खा लिया पराठे तेरा अं घर कत्तर के पहुँच गए तुरते फिरते हंपते फिर थिएटर से आ गए उठे अगर बहने टाइम तो पै कि टाइम पै वा 10 मिनट पे है तो बहने आ वाली अपनी थ्री स्क्रीन है हम करना भी कि चेर तुर ही फिर सकते हैं तुरै फिर भी लत्त थक गए हूँ तो बस हम फिर वेट करते पे जो हमारा टाइम फिर जाके बहने मैंने तुम रिव्यू दसो कि सुने बड़ा होता मैं भी आते ब्रह्मास्त्र बड़ी घैंट आ बाकी अजे वेखी नहीं है वेख के फिर दस दे कि वेखन दे इतने पता नहीं की है लड़ाई होगी कद हाथ उत्ते लग गया आते पता नहीं की हाथ लाया यार इदा नहीं करना चाहिए मूवी वेखना है फैमिली भी आई हों पर जो बंदा इंजॉय करे सारे जने वेखते पे है कि चक्कर च पे अजे भी मुलादा लड़ते पे है हाँ जे उन्हें गलत ना आया पेड़ हो सकता पर कल यार फैमिलियां सारिया आई हैं लड़ाई लड़ाई नहीं बंदे करनी चाहिए अपना इंजॉय करे Registered Mara agent and immigration law experts. AC after visa. Call IAE Global India 93485. इन्हें क्यों चुप ले और मेरा दोस्त जो दादी और तेरे 36,000 ने जेदा जी करेगा पूरा खानदान चुके मेरे घर ना आया मैं कहना कांटे ना बाहर पता कराया इन्हें क्या करना बाहर ही मिल रहे
ਫਿਲਮ ਹੋ ਗਈ ਖਤਮ ਬੜੀ ਚੱਲੀ ਆ ਐਵੇਂ ਨਹੀਂ ਹਾਈ ਪੈ ਗਈ ਵਧੀਆ ਹੀ ਫਿਲਮ ਹੈ ਇੰਟਰਵਲ ਤੋਂ ਬਾਅਦ ਘੈਂਟ ਹੋ ਗਈ ਪਹਿਲਾਂ ਤਾਂ ਐਵੇਂ ਬੋਰਿੰਗ ਜਿਹੀ ਲੱਗਣ ਦੀ ਸੀ ਤੇ ਬਾਕੀ ਇਹ ਆ ਵੀ ਪਾਰਟ ਟੂ ਵੀ ਮਿਲਦਾ ਹੋਊਗਾ ਇਹਨਾਂ ਦਿਨ ਲਾਸਟ ਦੇ ਕਿਸੇ ਦੇ ਵੀ ਦੇਖਦਾ ਪਾਰਟ ਵਨ ਦਾ ਆਹ ਸਾਡੇ ਵੀਰ ਮਿਲ ਗਏ ਸਾਨੂੰ ਇਹ ਕਵੀ ਮਿਲ ਗਿਆ ਸਾਡਾ ਬੰਦਾ ਬੋਲੀਵੁੱਡ ਬੋਲੀਵੁੱਡ ਵਾਲਿਆਂ ਨੇ ਮਾਰਵਲ ਦੇ ਲਾਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਪਰ ਉਹਦੀ ਗੱਲ ਤੇ ਨਹੀਂ ਬਣੀ ਪਾਉਂਦੇ ਨਹੀਂ ਵੀਰੇ ਪਰ ਮਾਰਵਲ ਦਾ ਸਪਾਈਡਰਮੈਨ ਉਹਦਾ ਮਤ ਕਰਾ ਦਿੰਦਾ ਮਾਰਵਲ ਦੀ ਮਾਰਵਲ ਹੈ ਪਰ ਫਿਰ ਵੀ ਠੀਕ ਬਾਕੀ ਬੋਲੀਵੁੱਡ ਫਿਲਮਾਂ ਨਾਲੋਂ ਕਾਫੀ ਵਧੀਆ ਇਹ ਮੂਵੀ ਵੇਖ ਲਈ ਹੁਣ ਬਸ ਘੁੰਮਦੇ ਫਿਰਦੇ ਬਹਿ ਮੁੰਡੇ ਨੂੰ ਫੋਨ ਕੀਤਾ ਜਿਹੜਾ ਸਾਨੂੰ ਸਵੇਰੇ ਲਾ ਕੇ ਗਿਆ ਸੀ ਉਹ ਵੀ ਆਪਣਾ ਭਰਾ ਹੁਣ ਆਪਣੇ ਛੱਡ ਕੇ ਵੀ ਆਊਗਾ ਫਿਰ ਉਸ ਤੋਂ ਬਾਅਦ ਜਾਂਦੇ ਹਾਂ ਇੱਕ ਦੋ ਕੰਮ ਗੱਡੀ ਦੂਰ ਕਰਾਉਣੇ ਆ ਉਹ ਕਰਾ ਕੇ ਫਿਰ ਚੱਲਾਂਗੇ ਘਰੇ ਗੱਡੀ ਆਪਣੀ ਹੋ ਗਈ ਆ ਰੈਡੀ ਵੇਖਦੇ ਹਾਂ ਕੀ ਕੰਮ ਕੀਤਾ ਇਹਨਾਂ ਨੇ ਸ਼ੀਸ਼ਾ ਪੈ ਗਿਆ ਫਿਟਿੰਗ ਫੁਟਿੰਗ ਤਾਂ ਵੈਸੇ ਸਹੀ ਆਈ ਹੈ ਡੈਂਟ ਸਕਰੈਚ ਵੀ ਇੰਨੇ ਆਉਂਦੇ ਟੇਪਾਂ ਕੱਲ੍ਹ ਸਵੇਰੇ ਲਾਇਓ ਬਾਕੀ ਤਾਂ ਸਾਰੀ ਓਕੇ ਰਿਪੋਰਟ ਹੀ ਹੈ ਠੀਕ ਹੈ ਟਾਈਟ ਹੈ ਉੱਦਾਂ ਫਿਟਿੰਗ ਬਾਕੀ ਅੰਦਰ ਬਹਿ ਕੇ ਵੇਖਦੇ ਹਾਂ ਗੰਦੀ ਬੜੀ ਹੋ ਗਈ ਯਾਰ ਇਹ ਧਵਾਉਣੀ ਪੈਣੀ ਹੁਣ ਇੱਕ ਵਾਰੀ ਓ ਮਾਈ ਗੋਡ ਥੋੜ੍ਹੇ ਜਿਹੇ ਗਮ ਗੁੰਮ ਵੀ ਲੱਗ ਗਈ ਆ ਪਰ ਧਵਾਉਣੀਆਂ ਜਾਂਦੇ ਅੱਜ ਨਾ ਧਵਾਇਓ ਇੱਕ ਦੋ ਦਿਨ ਠਹਿਰ ਕੇ ਆਹ ਵੀ ਲੱਥੀ ਹੈ ਇਹਨਾਂ ਨੂੰ ਪਿੱਛੇ ਰੱਜ ਫੜ ਲਾ ਇਹ ਰੱਖ ਲਾ ਵਿੱਚ ਹਾਂ ਹਾਂ ਵਿੱਚ ਰੱਖ ਲਾ ਅਤੇ ਹੁਣ ਸਟਾਰਟ ਕਰਕੇ ਵੇਖੀਏ ਕਨੇਡਾ ਦਾ ਆਪਣਾ ਝੰਡਾ ਵੀ ਹਿੱਲ ਗਿਆ ਇਹਨੂੰ ਵੀ ਲਾ ਲਈਏ ਸੈੱਟ ਕਰਕੇ ਆਹ ਗਮ ਹੀ ਲੱਗੀ ਲੱਗਦਾ ਗਮ ਹੀ ਆ ਸਾਰੀ ਘੱਟਾ ਘੁੱਟਾ ਜਿਹਾ ਜੰਮਿਆ ਬਹੁਤ ਜ਼ਿਆਦਾ ਆ ਪਿੱਛੇ ਕਰ ਦਿਓ ਇੱਧਰ ਵੀ ਗੱਡੀ ਲੱਗੀ ਹੈ ਨੰਗਣ ਨੂੰ ਰਾਹ ਨਹੀਂ ਹੈਗਾ ਹੁਣ ਆ ਮੈਂ ਪਿੱਛੇ ਕਰਵਾ ਦਈਏ ਫਿਰ ਹੀ ਨੰਗਿਆ ਜਾਣਾ ਇਹਨੂੰ ਵੀ ਲੱਗਦਾ ਇਹਦਾ ਵੀ ਸ਼ੀਸ਼ਾ ਹੀ ਪਿਆ ਆ ਇਹਨੂੰ ਆਪਾਂ ਨੂੰ ਧਵਾਵਾਂਗੇ ਦੋ ਕੁ ਦਿਨ ਠਹਿਰ ਕੇ ਨਾ ਪੂਰੀ ਚੰਗੀ ਤਰ੍ਹਾਂ ਆਪਾਂ ਨੂੰ ਫੋਨ ਕਰਾ ਕੇ ਇਹਨੂੰ ਵਧੀਆ ਤਰ੍ਹਾਂ ਸਾਫ਼ ਕਰਾਵਾਂਗੇ ਅਤੇ ਬਾਕੀ ਹੁਣ ਆਪਾਂ ਚੱਲੇ ਹਾਂ ਜੀ ਇਹਦੇ ਸੀਟ ਕਵਰ ਪਾਉਣ ਕਿਉਂਕਿ ਪਹਿਲਾਂ ਸੀਟ ਕਵਰ ਮੈਂ ਤਾਂ ਨਹੀਂ ਪਵਾਏ ਆਪਣਾ ਜਿੱਦਾਂ ਗਰਮੀ ਦਾ ਇਹਦੇ ਆਹ ਵਾਲੇ ਸੀਟ ਕਵਰ 'ਚ ਗਰਮੀ ਘੱਟ ਲੱਗਦੀ ਹੈ ਜਦੋਂ ਆਪਾਂ ਲੈਦਰ ਵਾਲੇ ਪਵਾ ਲਈਦੇ ਆ ਉਦੋਂ ਗਰਮੀ ਜ਼ਿਆਦਾ ਲੱਗਦੀ ਹੀਟ ਜ਼ਿਆਦਾ ਫੜਦੇ ਆ ਨਾਲੇ ਉਹਨਾਂ 'ਚੋਂ ਸਮੈਲ ਵੀ ਆਉਂਦੀ ਹੈ ਇੱਕ ਗਰਮੀ ਕਰਕੇ ਅਤੇ ਹੁਣ ਆਪਾਂ ਚੱਲੇ ਹਾਂ ਉਹੀ ਸੀਟ ਕਵਰ ਪਾਉਣ ਅਤੇ ਉੱਥੇ ਜਾ ਕੇ ਤੁਹਾਨੂੰ ਮਿਲ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਦੁਕਾਨ 'ਤੇ ਮੈਂ ਆਪਣਾ ਵੈਸੇ ਜਿੰਨਾ ਕੰਮ ਹੁੰਦਾ ਨਾ ਗੱਡੀ ਦਾ ਮੋਸਟਲੀ ਇੱਥੇ ਕਰਾਉਣਾ ਪੁੱਛਦੇ ਹਾਂ ਹੁਣ ਸੀਟ ਕਵਰ ਕਿੱਦਾਂ ਚੱਲ ਆਇਆ ਆ ਫੜ ਦੀ ਪੁੱਛਦੇ ਹਾਂ ਇਹਨਾਂ ਨੂੰ ਕੀ ਰੇਟ ਆ ਕਵਰਾਂ ਦਾ ਕੀ ਹਿਸਾਬ ਕਿਤਾਬ ਆ ਆਇਓ ਭਾਜੀ ਨਹੀਂ ਹੈਗਾ ਮੈਂ ਲੱਗਦਾ ਜਿਹੜਾ ਅੱਗੇ ਕਰਦਾ ਹੁੰਦਾ ਇਹ ਡੀਲ ਹੈ ਚਲੋ ਪੁੱਛਦੇ ਫਿਰ ਵੀ ਜਾ ਕੇ ਸੀਟ ਕਵਰ ਪੈਂਦੇ ਆ ਇੱਕ ਨੂੰ ਪੈ ਗਏ ਆ ਬਾਕੀ ਅਜੇ ਸੀਟਾਂ ਦੇ ਪਾਉਂਦੇ ਆ ਸੀਟ ਕਵਰ ਅਤੇ ਇੱਕ ਇਹਦਾ ਹੋਰਨ ਖਰਾਬ ਹੀ ਹੋਰਨ ਦੀ ਫਿਟਿੰਗ ਹੋਣੀ ਦਿੱਤੀ ਆ ਠੀਕ ਆਹ ਹੋਰ ਉਹ ਸੀਟ ਕਵਰ ਪੈਂਦੇ ਆ ਕਰਦਿਆਂ ਕਰਦਿਆਂ ਟਾਈਮ ਹੋ ਗਿਆ ਜੇ 7:45 ਦਾ ਸੀਟ ਕਵਰ ਅੱਧੇ ਚੜ ਗਏ ਅੱਧੇ ਜੇ ਚੱਲਣ ਦੇ ਆ ਆਹ ਵਾਲੀ ਲਾਈਟ ਆਪਾਂ ਡਾਇਰੈਕਟ ਕਰਾ ਲਈ ਹੁਣ ਚਾਬੀ ਦੇ ਹੀ ਹੁਣ ਇਹਦੀ ਜਗ੍ਹਾ ਇੱਥੇ ਇੱਕ ਹੋਰ ਲਾਈਟ ਲਾਵਾਂਗੇ ਉੱਥੇ ਲਾ ਦੇਣੀ ਆ ਸ਼ੂ ਦੇ ਵਿੱਚ ਤੁਹਾਨੂੰ ਹੁਣੇ ਵਿਖਾਉਣਾ ਉਹ ਲਾਈਟ ਲਾ ਕੇ ਸ਼ੂ ਹੁੰਦਾ ਸੀ ਲਾਈਟਾਂ ਦਾ ਹੁਣ ਦੂਜਾ ਡਾਇਰੈਕਟ ਕਰਦਾ ਹੈਗੀ ਲਾਈਟ ਇਹ ਚਿਪਕ ਜਾਊਗੀ ਚਾਜੀ ਇਹਦੇ ਨਾਲ ਠੀਕ ਹੈ ਸ਼ਾਹ ਜੀ ਇਹ ਕਿੱਦਾਂ ਦੋ ਜਗ੍ਹਾ ਦੇ ਆਨ ਆਫ ਬਟਨੇ ਆਹ ਕਾਹਦਾ ਬਟਨੇ ਵਾਲਾ ਇਹਦਾ ਲੱਟਾਂ ਕੱਢਦੇ ਚਾਰ
सीट कवर लग चुके हजे रात का नेरा हो गया हम दिखने नहीं चंगी तरह बाकी हम तबाह तबू बाद लवेंगे काम आलमोस्ट डन हो गया एक चीज़ रह गई क्रोम इतने इन्ना को मिले नहीं आप अगे जाके पुछते हैं इतों सारा काम कराया अपना लग गया स्कूल देख लो आ लग गया क्रोम हैंडल बाकी हम सारा काम हो गया यो रहा ही अजय होर भी काम रहा बट हम नेरा बड़ा हो गया वा बाकी हम फिर कित जो टाइम लगेगा फिर आवेंगे यार म्यूजिक सिस्टम बड़ा घैंट है म्यूजिक सिस्टम वधिया लगन दिया मैनू ये बस हम एक आ लग जाने फिर हम भुख भी लगती पी है हम इतने लागे ना उधर चपाटी हैगी उसे जाके कुछ खाने फिर तुम विखाऊंगा आ लग गए अपने क्रोम हैंडल इधरले दोवे बन्ने क्रोम लग चुकी है अजे मैं पता नहीं लगता क्योंकि रात है ना टाइम भी हो गया तो लेट भी होंगे पे हैं तुम्हें पता पिंड भी जाना होता है लेट हो जाएगा अभी खाना भी भुख लगे इधरले बन्ने भी लग जाए लेट जाऊंगे फिर बने लग गए जी सारे बन्ने क्रोम थैंक यू भाजी मेहरबानी जी तो हम आप पेमेंट कर दिए डन सारा काम डन हो गया वा तो काफ़ी घेंट हो गया चल भी मित्रा हूँ की खाना है अच्छा चलन दी ही लो जी एक हजे काम होर रह गए किन्ने करने वाले एक तो यार लैदर रैप करवाना ही यह भी रह गया सारा कसया पिया ही एक बार मोल्डिंग भी अजे रही करवाने वाली बट टाइम की शॉर्टेज करके कुछ नहीं हो सकता हूँ फिर कि टाइम कटा हूँ पर निकलना भी छेती मैं वह टाइम बट कोई नहीं कट लाँगे फिर जो कि आव जावे उदो हूँ ये काम करावे बट हूँ तो मैं लग रही बहुत ज़्यादा फिर वेखने कुछ खाना अं आए इतने हाँ रेहड़ी मार्केट जी क्रिस्टल चौंक है इतों आन के कुछ खाने लो जी अभी इतने खाने का तो नहीं टाइम मिले अं समान पैक करा लिया जाना चाहता रस्ते से खावे क्योंकि इन्होंने रस्ते जो रिलेटिव वाल भी जाना ही उन्होंने उधर नानी को पिक करना उन्होंने छड़ना जाना ही करे उन्होंने बनाते पे है तो बिजी भी है थोड़ा जहा इस करके साढ़े को टाइम घट थी तो अं ही पैक करा लिया उन्होंने जाते खाते रिव्यू तो नहीं तुम दे सकता बट हाँ फिर कि जरूर रेहड़ी मार्केट का बनावे तो फिर तुम मैं रिव्यू दूंगा तीनों टायर च हवा घट लगन दी ही मैं सोचा भरा लीए जब जो आए पे काफ़ी आवाज करता पाया ही आवाज मारी वैसे तो इन्हों का बंद हो गया नेरे करके पर हम आवाज मारी आते कर दें आ गया वो वीर आ हवा भरा के फिर चल यार फॉग लाइटा का फिर चेता भुल गया फिर कि कुछ रह गया आ नैक्सट टाइम कुछ नहीं करा फॉग इधरले टायर से ठीक ही है वा इधर गई है पिछले च लो जी पहुंच गए हैं सारी दिहाड़ी का थक हार के पिंड के लागे आ वेख सकते हैं हाँ पिंड की सुनसान रोड कोई नहीं आता जरा तह सू ही भी छेती छेती चलिए हम इस वे 9 बज चुके हैं तो ब्लॉग की बस इतने समाप्त होती है तो अं ना आते हुए गाँव सुनते पे ही गुरदास मान साहब का की ना ही गाने का गल दसा भीर इदा ही करके गल दसा पंजाबी दोस्तों कुछ इदा का करके सुने ही होना तुम मेन गाँव कहता ही उन्होंने अपने गल ही की थी जो पिछे जो कॉन्ट्रोवर्सी चली सुनी होनी सारे ने बाकी चलो मैं वो तुम्हें गैस लै भी चलो ठीक है होगा उन्होंने हरेक अपनी जगह जो डेरे जाते कुछ भी आ पंजाबियों माफ कर दें जो एड्डी वीड्डी कोई गल भी नहीं उदो ज़्यादा व्डा इशू होगा क्योंकि जो बंदा बजुर्ग हों कई गलत गल् कह दिता है तो चलो कोई खास एड्डी वीड्डी गल भी नहीं जे जो पेशेंस खो जाता यार बंदा जो बजुर्ग हों तो बस ब्लॉग अज लिए इन्ना ही जो वधिया लगा होगा लाइक जरूर कर दौ शेयर कर दौ चैनल में सबसक्राइब जरूर करो तो बैल आइकन नप लियो इंस्टाग्राम का थले डिस्क्रिप्शन लिंक मिले वा उ भी जाके फॉलो कर लो तो असं पहुँच चुके हैं जी
ਤਾਰੜ ਵੇਖ ਸਕਦੇ ਜੀ ਐਂਟਰੀ ਹੋ ਗਈ ਹੈ ਸਾਡੀ ਅਤੇ ਬਸ ਹੁਣ ਬਹੁਤ ਥੱਕ ਚੁੱਕੇ ਹਾਂ ਅੱਜ ਅਤੇ ਹੁਣ ਬਸ ਘਰੇ ਜਾ ਕੇ ਸੋਣਾ ਹੀ ਆ ਕੰਮ ਅਜੇ ਫਿਰ ਵੀ ਰਹਿ ਗਏ ਤੁਹਾਨੂੰ ਪਤਾ ਕੰਮ ਕਿੱਥੇ ਮੁੱਕਦੇ ਸਵੇਰ ਦੇ ਗਏ ਅਸੀਂ ਅਤੇ ਕਿੰਨੇ ਕੰਮ ਅਜੇ ਰਹਿੰਦੇ ਜੀ ਗੱਡੀ ਧਵਾਉਣ ਵਾਲੇ ਵੀ ਅਤੇ ਚਲੋ ਬਸ ਆਈ ਥਿੰਕ